ਹੁਣ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਆਉਣਾ ਔਰ ਬੀਜੇਪੀ ਨੂੰ ਛੱਡਣਾ ਇਹਦੇ ਬਾਰੇ ਪੁੱਛ ਰਿਹਾ ਹਾਂ ਥੋੜੀ ਜਿਹੀ ਚਰਚਾ। ਬੀਜੇਪੀ ਪਾਰਟੀ 'ਚ ਮੈਂ ਕੰਮ ਕੀਤਾ, ਮੇਰੇ ਲੈਕਚਰ ਬੜੇ ਵਧੀਆ, ਜ਼ਿਲ੍ਹਾ ਸਤਰ 'ਤੇ, ਸੰਭਾਗ ਸਤਰ 'ਤੇ ਸਭ ਨਾਲ ਲੈਕਚਰ ਵਧੀਆ ਸੀ। ਪਰ ਮੇਰਾ ਮਨ ਕੇਜਰੀਵਾਲ ਦੇ ਜਿਹੜੇ ਕੰਮ ਹੈ, ਜਿਹੜੀ ਨੀਤੀਆਂ ਹੈ ਉਹਨਾਂ ਤੋਂ ਪ੍ਰਭਾਵਿਤ, ਔਰ ਭਗਵੰਤ ਮਾਨ ਜੀ ਦੇ ਜਿਹੜੀ ਕਾਰਜ ਕਰਨ ਦੀ ਸ਼ੈਲੀ ਹੈ ਉਹ ਤੋਂ ਪ੍ਰਭਾਵਿਤ ਹੈ। ਸ਼ੁਰੂ ਕਰ, ਅੱਜ ਸੂਰਤਗੜ੍ਹ ਦੇ ਅੰਦਰ ਪੂਰੇ ਵਿਧਾਨ ਸਭਾ 70 ਤੋਂ 80 ਕਿਲੋਮੀਟਰ ਲੰਮਾ ਵਿਧਾਨ ਸਭਾ ਖੇਤਰ ਹੈ, ਜਿਹਦੇ ਅੰਦਰ ਸਿਰਫ ਮਾਤਰ ਇੱਕ ਹੋਸਪਿਟਲ ਹੈ। ਅਗਰ ਇੱਥੇ 10 ਹੋਸਪਿਟਲ ਬਣ ਜਾਣ ਤੇ ਸਾਨੂੰ ਗੰਗਾਨਗਰ ਤੱਕ ਜਾਣ ਦੀ ਜ਼ਰੂਰਤ ਨਹੀਂ ਪਏਗੀ, ਸਾਨੂੰ ਬੀਕਾਨੇਰ ਜਾਣ ਦੀ ਜ਼ਰੂਰਤ ਨਹੀਂ ਪਏਗੀ, ਸਾਨੂੰ ਜੈਪੁਰ ਜਾਣ ਦੀ ਜ਼ਰੂਰਤ ਨਹੀਂ ਪਏਗੀ। ਬਿਮਾਰੀ ਦਾ ਇਲਾਜ ਜਦੋਂ ਬਿਮਾਰੀ ਸ਼ੁਰੂ ਹੋਏਗੀ ਉਹਦੀ ਪਕੜ ਚਾਹੀਦੀ। ਹੁਣ ਕੀ ਹੁੰਦਾ ਹੈ, ਬਿਮਾਰੀ ਦਾ ਇਲਾਜ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਤੱਕ ਬਿਮਾਰੀ ਬਹੁਤ ਵੱਡਾ ਰੂਪ ਧਾਰਨ ਕਰ ਲਈ, ਔਰ ਫਿਰ ਸਾਨੂੰ ਭੇਜ ਦਿੱਤਾ ਜਾਂਦਾ ਹੈ ਜੈਪੁਰ। ਔਰ ਜਦੋਂ ਅਸੀਂ ਜੈਪੁਰ ਜਾਂਦੇ ਹਾਂ, ਮਾਨਯ ਮੁੱਖ ਮੰਤਰੀ ਸਾਹਿਬ ਨੇ ਚਿਰੰਜੀਵੀ ਯੋਜਨਾ ਲਾਗੂ ਕਰ ਰੱਖੀ ਹੈ, ਪਰ ਉਹ 25 ਲੱਖ ਰੁਪਇਆਂ ਦਾ ਇਲਾਜ ਫ੍ਰੀ ਹੈ, ਪਰ ਸਾਡਾ ਪੇਸ਼ੈਂਟ ਹੈ ਉਸ ਕਗਾਰ ਤੇ ਹੁੰਦਾ ਹੈ ਕਿ ਉਹ 25 ਲੱਖ ਰੁਪਇਆ ਉਹਨੂੰ ਮਾਇਨੇ ਨਹੀਂ ਰੱਖਦਾ, ਜੇਬ 'ਚੋਂ ਪੈਸੇ ਲਾ ਕੇ ਆਪਣਾ ਮਰੀਜ਼, ਆਪਣਾ ਪੇਸ਼ੈਂਟ ਬਚਾਉਣਾ ਚਾਹੁੰਦਾ, ਔਰ ਉਹ ਪੇਸ਼ੈਂਟ ਬਚਾਉਣ ਦੇ ਚੱਕਰ 'ਚ ਆਪਣਾ ਘਰ ਬਾਰ ਸਾਰ ਕੁਛ ਦੇ। ਦੇਸ਼ ਦੇ ਵਿੱਚ ਸਭ ਤੋਂ ਦੋ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਹੈ, ਸ਼ਿਕਸ਼ਾ ਔਰ ਚਿਕਿਤਸਾ। ਸ਼ਿਕਸ਼ਾ ਦਾ ਪੱਧਰ ਉੱਚਾ ਹੋਏਗਾ ਤੇ ਸਾਡਾ ਦੇਸ਼ ਮਜ਼ਬੂਤ ਹੋਏਗਾ, ਸਾਡੇ ਨੌਜਵਾਨ ਸ਼ਿਕਸ਼ਿਤ ਹੋਣਗੇ, ਸ਼ਿਕਸ਼ਿਤ ਨੌਜਵਾਨ ਅੱਗੇ ਦਾ ਭਵਿੱਖ ਹੈ, ਦੇਸ਼ ਨੂੰ ਅੱਗੇ ਲਿਜਾਣ। ਅੱਜ ਚੰਦਰਯਾਨ ਦੇ ਉੱਤੇ ਭਾਰਤ ਪਹੁੰਚ ਚੁੱਕਿਆ ਹੈ, ਕਿਹਦੀ ਬਦੌਲਤ? ਸ਼ਿਕਸ਼ਾ, ਸ਼ਿਕਸ਼ਾ ਦੀ ਬਦੌਲਤ ਭਾਰਤ ਚੰਦਰਮਾ ਤੇ। ਆਉਣ ਵਾਲੇ ਨੌਜਵਾਨ, ਆਉਣ ਵਾਲੀ ਪੀੜ੍ਹੀ ਅਗਰ ਸ਼ਿਕਸ਼ਿਤ ਹੋਊਗੀ, ਅਸੀਂ ਉਸ ਤੋਂ ਵੀ ਅੱਗੇ ਪਹੁੰਚਣਾ। ਔਰ ਕੇਜਰੀਵਾਲ ਸਾਹਿਬ ਸ਼ਿਕਸ਼ਾ ਤੇ ਕੰਮ ਕਰ ਰਹੇ ਹੈ, ਚਿਕਿਤਸਾ ਤੇ ਕੰਮ ਕਰ ਰਹੇ ਹੈ, ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ, ਜ਼ਰੂਰਤਮੰਦ ਜਿਹੜੇ ਲੋਕ ਹੈ ਉੱਥੋਂ ਤੱਕ ਜਾ ਕੇ ਆਪਣੀ ਦਵਾਈ ਲੈ ਲੈਂਦੇ ਹੈ, ਉਹਨਾਂ ਦਾ ਇਲਾਜ ਉਸ ਤੱਕ ਪਕੜ ਜਾ ਰਿਹਾ ਹੈ। ਅੱਜ ਮਾਨਣੀ ਹੈ ਸੀਐਮ ਸਾਹਿਬ ਨੇ ਚਿਰੰਜੀਵੀ ਯੋਜਨਾ ਲਾਗੂ ਕਰਤੀ, ਪਰ ਪਿਛਲੇ 15 ਦਿਨਾਂ ਤੋਂ ਸੂਰਤਗੜ੍ਹ ਦੇ ਅੰਦਰ ਐਕਸਰਾ ਮਸ਼ੀਨ ਹੈ ਉਹਦੇ ਪੇਪਰ ਹੀ ਨਹੀਂ। ਉਹ ਯੋਜਨਾ ਦਾ ਲਾਭ ਸਾਡੇ ਤੱਕ ਤਾਂ ਪਹੁੰਚਦਾ ਨਹੀਂ। ਅੱਜ ਕੋਈ ਵੀ ਕੈਂਡੀਡੇਟ, ਕੋਈ ਵੀ ਪ੍ਰਤਿਆਸ਼ੀ ਵੋਟ ਮੰਗਣ ਜਾਂਦਾ ਪਿੰਡ 'ਚ, ਉਹ ਕਹਿੰਦਾ ਮੈਂ ਟਿਕਟ ਲੈ ਕੇ ਆਉਣਾ, ਤੁਸੀਂ ਮੈਂ ਵੋਟ ਦਊਂਗਾ। ਅਸੀਂ ਵੋਟ ਨਹੀਂ ਘਰੇ ਰੱਖਣੇ, ਅਸੀਂ ਵੋਟ ਤੁਹਾਨੂੰ ਦੇਣੇ, ਪਰ ਤੁਸੀਂ ਸਾਡੇ ਮੁੱਦਿਆਂ ਤੇ ਕਦੇ ਗੱਲ ਨਹੀਂ ਕੀਤੀ। ਸਾਡੇ ਮੁੱਦੇ ਕੀ ਹੈ? ਅੱਜ ਪਿੰਡਾਂ ਦੇ ਵਿੱਚ 4 ਵਰਗ ਰਹਿੰਦੇ ਹੈ। ਪਹਿਲਾ ਵਰਗ ਹੈ ਵਿਦਿਆਰਥੀ, ਬੱਚੇ ਵਿਦਿਆਰਥੀ, ਦੂਜਾ ਵਰਗ ਹੈ ਨੌਜਵਾਨ, ਤੀਜਾ ਕਿਸਾਨ ਮਜ਼ਦੂਰ। ਇਹ ਚਾਰਾਂ ਲਈ ਕੰਮ ਕਰਨ ਦੀ ਜ਼ਰੂਰਤ ਹੈ। ਨੌਜਵਾਨ ਨੂੰ ਸ਼ਿਕਸ਼ਾ ਚਾਹੀਦੀ ਹੈ, ਸੂਰਤਗੜ੍ਹ ਦੇ ਵਿੱਚ ਮਾਤਰ ਇੱਕ ਕਾਲਜ ਹੈ। ਇੱਕ ਕਾਲਜ ਦੇ ਵਿੱਚ ਕਿੰਨੇ ਸਰਕਾਰੀ ਬੱਚੇ ਤੁਸੀਂ ਪੜ੍ਹਾ ਸਕਦੇ? ਜਿਹੜੇ ਆਮ ਲੋਕ ਹੈ, ਜਿਹੜੇ ਗਰੀਬ ਲੋਕ ਹੈ, ਉਹ ਨਹੀਂ ਪੜ੍ਹਾ ਸਕਦੇ ਗੇ ਮਹਿੰਗੇ ਕਾਲਜਾਂ ਦੇ ਵਿੱਚ, ਮਹਿੰਗੇ ਸਕੂਲਾਂ ਦੇ ਵਿੱਚ ਬਾਹਰ ਸਟੱਡੀ ਨਹੀਂ ਦਵਾ ਸਕਦੇ। ਉਹ ਬੱਚੇ ਸ਼ਿਕਸ਼ਾ ਤੋਂ ਵਾਂਝੇ ਰਹਿ ਜਾਂਦੇ ਹੈ, ਔਰ ਉਹਨਾਂ ਦੇ ਅੰਦਰ ਟੈਲੈਂਟ ਇੰਨਾ ਹੁੰਦਾ ਹੈ ਕਿ ਅਗਰ ਉਹਨਾਂ ਨੂੰ ਸ਼ਿਕਸ਼ਾ ਮਿਲ ਜੇ ਤੇ ਉਹ ਬਹੁਤ ਅੱਗੇ ਜਾ ਸਕਦੇ ਹੈ। ਸ਼ਿਕਸ਼ਾ ਦਾ ਸਤਰ ਸਾਡਾ ਇੰਨਾ ਨੀਵਾਂ ਹੈ, ਔਰ ਇੱਥੇ ਕਦੇ ਕਿਸੇ ਨੇਤੇ ਨੇ ਪਿੰਡ 'ਚ, ਸ਼ਹਿਰ 'ਚ, ਮੁਹੱਲੇ 'ਚ ਜਾ ਕੇ ਗੱਲ ਨਹੀਂ ਕੀਤੀ। ਅੱਜ ਸਾਡੇ ਮਜ਼ਦੂਰ ਨੂੰ ਕੀ ਚਾਹੀਦਾ? ਸਾਡੇ ਮਜ਼ਦੂਰ ਨੂੰ ਰੋਜ਼ਗਾਰ ਚਾਹੀਦਾ। ਅੱਜ ਰੋਜ਼ਗਾਰ ਦੀ ਗੱਲ ਕਦੇ ਕਿਸੇ ਨੇਤੇ ਨੇ ਨਹੀਂ ਕੀਤੀ। ਸੂਰਤਗੜ੍ਹ ਦੇ ਵਿੱਚ ਪਿਛਲੇ 70 ਸਾਲਾਂ ਤੋਂ ਅਸੀਂ ਵੋਟਾਂ ਪਾਉਂਦੇ ਆ ਰਹੇ ਹਾਂ, ਰੋਜ਼ਗਾਰ ਦੇ ਕਿੰਨੀ ਸੁਵਿਧਾ ਮੁਹੱਈਆ ਕਰਾਈਆਂ, ਸਾਡੀਆਂ ਵੋਟਾਂ ਨੂੰ ਲੈ ਕੇ ਜਿਹੜੇ ਲੋਕਾਂ ਨੇ ਸਾਨੂੰ ਕਿੰਨੇ ਰੋਜ਼ਗਾਰ ਦਿੱਤੇ, ਸਾਡੇ ਨੌਜਵਾਨ ਅੱਜ ਵੀ ਭਟਕਦੇ ਫਿਰਦੇ। ਵੇਖੇ ਉਦੋਂ ਸੀ ਜਿੱਦਣ ਵੋਟ ਲੈਣ ਗਏ, ਉਦੋਂ ਹੀ ਵੇਖੇ ਸੀ, ਉਸ ਤੋਂ ਬਾਅਦ ਵੇਖੇ, ਉਦੋਂ ਬਾਅਦ ਉਹਨਾਂ ਨੂੰ ਯਾਦ ਹੀ ਨਹੀਂ ਆਉਂਦੀ, ਵੇਖੇ ਹੀ ਨਹੀਂ। ਸਾਡੇ ਬਜ਼ੁਰਗ ਪਿੰਡਾਂ ਦੇ ਵਿੱਚ ਵੱਸਦੇ ਆ। ਅੱਜ ਸਰਕਾਰ ਨੇ ਯੋਜਨਾ ਸ਼ੁਰੂ ਕਰਤੀ, ਪੈਨਸ਼ਨ ਨਹੀਂ, ਪੈਨਸ਼ਨ 1000 ਰੁਪਏ ਬਜ਼ੁਰਗ ਪੈਨਸ਼ਨ ਹੈ, 1000 ਰੁਪਏ ਵਿਧਵਾ ਪੈਨਸ਼ਨ ਹੈ, ਪਰ ਉਹ ਸਿਰਫ ਕਾਗਜ਼ਾਂ। ਮੈਂ ਖੁਦ ਇਸ ਗੱਲ ਦਾ ਅਗਵਾ, ਮੈਂ 2 ਵਾਰ ਚੁਣਾਵ ਲੜਿਆ, ਮੈਂ ਲੋਕਾਂ 'ਚ ਵਿਚ ਰਿਹਾ, ਮੈਂ ਲੋਕਾਂ ਦੇ ਕੰਮ ਕਰਾਏ ਆ, ਮੈਂ ਕੈਂਪ ਵੀ ਲਾਏ ਆ ਲੋਕਾਂ ਦੇ, ਉਹ ਰਾਸ਼ਨ ਕਾਰਡ ਜਿਹੜੇ ਹੈ ਜੜਾਉਣ ਨੂੰ, ਲੋਕਾਂ ਨੂੰ ਖਾਦਯ ਸੁਰੱਖਿਆ ਦੇ ਵਿੱਚ ਜੋੜਨ ਨੂੰ, ਲੋਕਾਂ ਨੂੰ ਪੈਨਸ਼ਨ ਦਿਵਾਉਣ ਨੂੰ।
बड़े मेहनत करके डॉक्यूमेंट कंप्लीट करी दिया पर डॉक्यूमेंट जाके कचरे डब्बे में चले गए। 10% जरूरतमंद लोगों को पेंशन नहीं पहुंच रही, 10% जरूरतमंद लोगों को राशन नहीं पहुंच रहा। यह स्कीम केजरीवाल सरकार ने की है, घर घर जाके राशन पहुंचा रहे हैं जरूरतमंद, और जिन्हें नहीं जरूरत जो खा रहे उन्होंने कट भी रहे। बड़ा वधिया फैसला है, मैं इस गल तो प्रभावित हूं। अज मजदूर है कि मजदूर यही चाहेगा कि मेरा बच्चा मजदूर ही होगा अगे, जो तो शिक्षा का स्तर उच्चा होगा चंगा वह बच्चा पढ़ेगा फिर वो कामयाब होगा। नहीं अगर यही हालात रहा देश के परिवर्तन ना किया लोगों ने इन्होंने रवायती पार्टियों वोटा देना ना हटियां तो फिर यही हालात यही रहने मजदूर का बच्चा।